ਨੋਵਲ ਆਤਮੇ ਦੇ ਆਰ ਪਾਰ ਦਾ ਅਗਲਾ ਹਿੱਸਾ ਜੇ ਸੱਚ ਮੁੱਚ ਹੀ ਰੱਬ ਸਾਰੀ ਦੁਨੀਆ ਚਲਾ ਰਿਆ ਹੁੰਦਾ ਤਾਂ ਸੋਚੋ ਜਰਾ ਕੀ ਉਹਨੂੰ ਗੁਲਾਮ ਪ੍ਰਵਿਰਤੀ ਦੀ ਦੁਨੀਆ ਚਾਹੀਦੀ ਸੀ ਉਹਨੂੰ ਲੋੜ ਨਹੀਂ ਮੱਥੇ ਟੇਕਣ ਵਾਲਿਆਂ ਦੀ ਜਾਂ ਪ੍ਰਾਰਥਨਾ ਕਰਨ ਵਾਲਿਆਂ ਦੀ ਜੇ ਰੱਬ ਹੈ ਤਾਂ ਉਹਨੇ ਸਾਨੂੰ ਸਾਰਿਆਂ ਨੂੰ ਆਜ਼ਾਦ ਪੈਦਾ ਕੀਤਾ ਹੈ ਗੁਲਾਮੀ ਤਾਂ ਸਾਨੂੰ ਧਰਮਾਂ ਨੇ ਸਿਖਾਈ ਹੈ ਧਰਮ ਕਹਿੰਦਾ ਹੈ ਸਵੇਰ ਤੋਂ ਸ਼ਾਮ ਤੱਕ ਰੱਬ ਦੀ ਪੂਜਾ ਕਰੀ ਜਾਓ ਉਸ ਤੋਂ ਡਰੀ ਜਾਓ ਕਿਉਂ ਡਰੀ ਜੋ ਭਗਵਾਨ ਦੀ ਭਗਵੱਤਾ ਆਜ਼ਾਦ ਹੈ ਸਿਰਫ ਧਰਮ ਦੀ ਗੁਲਾਮੀ ਤੋਂ ਆਜ਼ਾਦ ਮਨ ਹੀ ਭਗਵੱਤਾ ਨੂੰ ਪਾ ਸਕਦਾ ਹੈ ਦੁਕਾਨਦਾਰ ਜੋ ਮਨ ਦਰਾਂ ਤੇ ਕਬਜ਼ਾ ਕਰੀ ਬੈਠਾ ਹੈ ਉਸ ਸ਼ਕਤੀਆਂ ਸਿੱਧੀਆਂ ਵਾਲੇ ਭਗਵਾਨ ਦੀ ਧਾਰਨਾ ਤੋਂ ਬਾਹਰ ਨਹੀਂ ਆਉਣਾ ਚਾਹੁੰਦਾ ਸਭ ਤੋਂ ਵੱਡੀ ਗੱਲ ਅਸੀਂ ਡਰੀ ਹੋਈ ਮਾਨਸਿਕਤਾ ਵਾਲੇ ਲਾਲਚੀ ਲੋਕੀ ਇਸ ਧਾਰਨਾ ਤੋਂ ਬਾਹਰ ਨਹੀਂ ਆਉਣਾ ਚਾਹੁੰਦੇ ਉਸ ਰੱਬ ਸ਼ਰਨ ਚ ਰਹਿ ਕੇ ਅਸੀਂ ਬਾਹਰ ਦੁੱਖ ਤਕਲੀਫਾਂ ਤੋਂ ਸੁਰੱਖਿਅਤ ਮਹਿਸੂਸ ਕਰਦੇ ਹਾਂ ਜੇ ਅਸੀਂ ਰੱਬ ਦੀ ਧਾਰਨਾ ਤੋਂ ਇਨਕਾਰ ਕਰ ਦਈਏ ਤਾਂ ਸਾਰੀ ਜ਼ਿੰਮੇਵਾਰੀ ਸਾਨੂੰ ਆਪਣੇ ਸਿਰ ਲੈਣੀ ਪਵੇਗੀ ਅਸੀਂ ਐਸੀ ਜ਼ਿੰਮੇਵਾਰੀ ਨੂੰ ਲੈਣਾ ਨਹੀਂ ਚਾਹੁੰਦੇ ਇਹ ਗੱਲ ਕਹਿੰਦੇ ਹੋਏ ਗੁਰਨਾਮ ਜੀ ਦੀਪਕ ਵੱਲ ਵੇਖ ਰਹੇ ਸਨ ਰੱਬ ਦੀ ਆੜ ਵਿੱਚ ਅਸੀਂ ਕੁਕਰਮਾਂ ਨੂੰ ਵੀ ਪਵਿੱਤਰ ਕਰਮ ਬਣਾ ਲੈਨੇ ਆ ਗੁਲਾਮ ਹੀ ਜ਼ੰਜੀਰਾਂ ਤੋਂ ਛੁਟਕਾਰਾ ਪਾਉਣ ਲਈ ਜਾਦੂ ਸ਼ਕਤੀ ਦੀ ਉਡੀਕ ਕਰਦਾ ਉੱਚਾੰਦ ਦੇਖੋ ਦੀ ਗੁਲਾਮਗਰੀ ਦੀ ਕੋਠੜੀ ਕੋਈ ਅਦ੍ਰਿਸ਼ ਸ਼ਕਤੀ ਆਏ ਤੇ ਸਭ ਦਰਵਾਜ਼ੇ ਖੋਲ ਦੇਵੇ ਉਹ ਇਸੇ ਪਰਮਛ ਜਿਉਂਦਾ ਤੇ ਮਰ ਜਾਂਦਾ ਹੈ ਜੀਵਨ ਆਜ਼ਾਦੀ ਦਾ ਨਾਮ ਹੈ ਗੁਲਾਮ ਰਾਜੇ ਦੀ ਜਗਾ ਆਜ਼ਾਦ ਫਕੀਰ ਹੋਣਾ ਚੰਗਾ ਹੈ ਸਾਡਾ ਮਨ ਜਨਮਾ ਜਨਮਾ ਦੀ ਗੁਲਾਮੀ ਦਾ ਅੱਧ ਹੀ ਹੋ ਚੁੱਕਾ ਹੈ ਮਨ ਫਰੇਬੀ ਹੈ ਇਹੀ ਫਰੇਬ ਦਿੰਦਾ ਸਭ ਨੂੰ ਕਿ ਮੈਂ ਧਾਰਮਿਕ ਹੋ ਗਿਆ ਮੈਂ ਬਾਹਰਲੇ ਮੰਦਰ ਜਾ ਰਿਹਾ ਮੈਂ ਹੌਲੀ ਹੌਲੀ ਅੰਦਰਲੇ ਮੰਦਰ ਵੱਲ ਵੀ ਮੁੜਾਂਗਾ ਉਹ ਕਹਿੰਦਾ ਪਹਿਲਾਂ ਬਾਹਰਲੇ ਮੰਦਰ ਵਾਲੇ ਰੱਬ ਤੋਂ ਸ਼ਕਤੀਆਂ ਲੱਭ ਲਈਏ ਫਿਰ ਅੰਦਰਲੇ ਤੋਂ ਵੀ ਲੱਭ ਲਵਾਂਗੇ ਅੰਦਰਲਾ ਤਾਂ ਕੋਲ ਹੀ ਹੈ ਇਸ ਮੰਨ ਦੇ ਫਰੇਮ 'ਚ ਤੁਸੀਂ ਵੀ ਆ ਜਾਂਦੇ ਹੋ ਉਹ ਕਹਿੰਦਾ ਰੱਬ ਤਾਂ ਪਿੰਜਰੇ 'ਚ ਬੈਠੇ-ਬੈਠੇ ਵੀ ਮਿਲ ਜਾਣਾ ਇਹ ਧਾਰਨਾ ਹੈ ਇਹ ਹੀ ਤੋੜਨੀ ਹੈ ਪਿੰਜਰੇ 'ਚ ਰਹਿ ਕੇ ਮਨ ਉੱਡਣਾ ਭੁੱਲ ਜਾਂਦਾ ਹੈ ਇਹਨਾਂ ਧਾਰਨਾਵਾਂ ਦੇ ਪਿੰਜਰਿਆਂ 'ਚੋਂ ਬਾਹਰ ਨਿਕਲ ਕੇ ਹੀ ਉੱਡਣਾ ਹੈ ਇਸ ਮੰਨ ਦੇ ਫਰੇਮ ਤੋਂ ਬਚੋ ਹਰ ਕੰਮ ਦਾ ਇੱਕ ਸਮਾਂ ਹੁੰਦਾ ਹੈ ਜੋ ਖੁਸ਼ ਅਸੀਂ ਬਚਪਨ ਚ ਸਾਧ ਸਕਦੇ ਸੀ ਉਹ 마ਸੂਮੀਅਤ ਜਵਾਨੀ ਚ ਨਹੀਂ ਰਹਿੰਦੀ ਜੋ ਪ੍ਰੇਮ ਜਵਾਨੀ ਚ ਮਹਿਸੂਸ ਕਰ ਸਕਦੇ ਹਾਂ ਅਦਖੜੂ ਮਰਚ ਨਹੀਂ ਹੁੰਦਾ ਜੋ ਸਮਝ ਉਮਰ ਦਰਾਜ ਬੰਦੇ ਕੋਲ ਹੁੰਦੀ ਹੈ ਉਹ ਬੁਢਾਪੇ ਚ ਕੰਮ ਨਹੀਂ ਜਾਂਦੀ ਇਸ ਲਈ ਸਮਾਂ ਸਭ ਤੋਂ ਕੀਮਤੀ ਸ਼ੈ ਹੈ ਜੋ ਰਵੀ ਤੇਰੀ ਚੇਤਨਾ ਚ ਚੇਤਮਾਨ ਦਾ ਦਵਾਰ ਖੁੱਲ ਹੈ ਉਹਦਾ ਸਮਾਂ ਹੁਣ ਹੀ ਹੈ ਕਿ ਉਹਦੀ ਕੀਮੀਆਂ ਨੂੰ ਸਮਝ ਲਏਗਾ ਜੋ ਮੈਂ ਤੋਂ ਮੈਂ ਤੱਕ ਦਾ ਸਫਰ ਤੈਕਰਨ ਚ ਆਸਾਨੀ ਰਹੇਗੀ ਕੋਈ ਧਨ ਦੌਲਤ ਹੀਰੇ ਜਵਾਹਰਾ ਤੇ ਸਮੇ ਤੋਂ ਕੀਮਤੀ ਨਹੀਂ ਹਨ ਜੋ ਪਲ ਬੀਤ ਗਿਆ ਸੋ ਬੀਤ ਗਿਆ ਜੋ ਜਿਲਾਹਾ ਲੈ ਲਏਗਾ ਤਾਂ ਉਹਦਾ ਨਹੀਂ ਕੋਈ ਆਸਾਨੀ ਜੋ ਭਟਕ ਗਿਆ ਤਾਂ ਉਹ ਤੋਂ ਵੱਡੀ ਕੋਈ ਨਹੀਂ ਹਾਨੀ ਸਮੇ ਦੀ ਕਦਰ ਕਰੀਏ ਇਸ ਲਈ ਸਮੇ ਦੇ ਅੰਦਰ ਹੀ ਮੋੜਨਾ ਸਭ ਤੋਂ ਉੱਤਮ ਗੁੰਜੀ ਹੈ ਤੂੰ ਸਮਾਂ ਰੰਦੇ ਆਪਣਾ ਦੀਪ ਜਗਾ ਲੈ ਜੋ ਸਾਡੇ ਅੰਦਰ ਜਾਗਿਆ ਹਾਂ ਹੋ ਸਕਦਾ ਹੈ ਕੱਲ ਤੇਰੇ ਅੰਦਰ ਵੀ ਜਾਗ ਜਾਏ। ਇਹੀ ماں ਕੁਦਰਤ ਦਾ ਨਿਯਮ ਹੈ। ਅਵਲ ਇਹਨੂੰ ਸਮਝੇ ਕਿ ਗੁਰਨਾਮ ਮਹਾਰਾਜ ਚੁੱਪ ਕਰ ਗਏ। ਮੈਤੋ ਬਾਬਾ ਨੇ ਨਿਰੰਜਨ ਵਾਲੇ ਇਸ਼ਾਰਾ ਕੀਤਾ ਤਾਂ ਬੋਲੇ ਹੁਣ ਤੁਸੀਂ ਦੋਵੇਂ ਜਾਣ ਦੀ ਤਿਆਰੀ ਕਰੋ ਤੇ ਪੂਰੀ ਤਿਆਰੀ ਨਾਲ ਹੀ ਵਾਪਸ ਆਇਓ। ਅਸੀਂ ਤੁਹਾਡਾ ਇੰਤਜ਼ਾਰ ਕਰਾਂਗੇ। ਆਈ ਕੁ ਲਿਫਾਫਾ ਜਿਸਤ ਕੁਝ ਬਸਤਰ, ਫਲ ਤੇ ਹੋਰ ਸਮਾਨ ਨਾਲ ਦੋ ਨਵੀਆਂ ਕਿਤਾਬਾਂ ਵੀ ਹਨ। ਇਹ ਕਿਤਾਬਾਂ ਹੋਰ ਕਿਸੇ ਨੂੰ ਅੱਗੇ ਪੜਨ ਲਈ ਦੇ ਦਿਓ। ਹੋਰ ਰਵੀ ਜੋ ਤੇਰੀ ਕਿਤਾਬ ਸੜੀ ਹੋਈ ਹੈ ਉਹ ਭਾਵੇਂ ਜਮਾ ਕਰਾ ਕੇ ਹੋਰ ਨਵੀਂ ਲੈ ਲਮੀ ਰਵੀ ਜ਼ਰਾ ਕੋ ਮੁਸਕਰਾਇਆ ਕਹਿਣ ਲਗਾ ਨਾ ਜੀ ਨਾ ਹੁਣ ਤਾਂ ਉਸ ਨਾਲ ਮੇਰਾ ਖੂਨ ਦਾ ਰਿਸ਼ਤਾ ਬਣ ਚੁੱਕਾ ਹੈ ਇਹ ਭਾਵੇਂ ਮੇਰੇ ਤੋਂ ਅਲੱਗ ਰਹਿ ਲਵੇ ਪਰ ਇਹ ਤੋਂ ਬਗੈਰ ਮੈਂ ਨਹੀਂ ਰਹਿ ਸਕਦਾ ਪਹਿਲਾਂ ਮਨ ਨਾਲ ਜੁੜੀ ਹੋਈ ਸੀ ਹੁਣ ਤਾਂ ਆਤਮਾ ਨਾਲ ਵੀ ਜੁੜ ਗਈ ਹੈ ਮੈਂ ਨਹੀਂ ਛੱਡ ਕੇ ਜਾਂਦਾ ਇਹਨੂੰ ਦੀਪਕ ਨੇ ਕਿਹਾ ਅਸੀਂ ਹੁਣ ਵਾਪਸੀ ਦੀ ਇਜਾਜ਼ਤ ਚਾਹੁੰਦੇ ਹਾਂ ਅਸੀਂ ਘਰ ਜਾ ਕੇ ਨਵੇਂ ਕਾਰੋਬਾਰ ਬਾਰੇ ਵੀ ਪ੍ਰਬੰਧ ਕਰਨਾ ਹੈ ਉਨ੍ਹਾਂ ਦੋਵਾਂ ਨੇ ਸਭ ਦੇ ਪੈਰੀਂ ਹੱਥ ਲਾਏ ਤੇ ਕਮਰੇ ਤੋਂ ਬਾਹਰ ਆ ਗਏ। ਉਹ ਕਮਰੇ 'ਚ ਜਾ ਕੇ ਸਮਾਨ ਇਕੱਠਾ ਕਰਨ ਲੱਗੇ। ਦੀਪਕ ਬੋਲਿਆ ਯਾਰ ਇਸ ਤਰ੍ਹਾਂ ਦੀ ਕਿਤਾਬ ਵਿੱਚੋਂ ਵੀ ਰੱਬ ਲੱਭ ਹੋ ਜਾਊ। ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ। ਰਵੀ ਨੇ ਜਵਾਬ ਦਿੱਤਾ ਯਾਰ ਇਹ ਰੱਬ ਅਸਲ 'ਚ ਸਾਡੇ ਅੰਦਰ ਹੀ ਐ। ਅਸੀਂ ਇਹਨੂੰ ਅੱਖਰਾਂ, ਮੂਰਤਾਂ, ਪੱਥਰਾਂ 'ਚ ਬਣਾ ਰੱਖਿਆ। ਬਾਹਰ ਮੰਦਰ ਦਾ ਰੱਬ ਇਸੇ ਲਈ ਐ ਕਿ ਸਾਨੂੰ ਯਾਦ ਆ ਜਾਏ ਕਿ ਰੱਬ ਮਨ ਦੇ ਅੰਦਰ ਐ ਤੇ ਅਸੀਂ ਮਨ ਤੋਂ ਪਾਰ ਜਾ ਕੇ ਲੱਭਣਾ ਐ। ਬਾਰਤਾ ਪਰਛਾਵਾਂ ਹੀ ਹੈ ਤੇ ਅਸੀਂ ਪਰਛਾਵਾਂ ਪਿੱਛੇ ਭੱਜੇ ਫਿਰਦੇ ਆਂ ਤੇ ਪਰਛਾਵਾਂ ਕਰਕੇ ਹੀ ਲੜੀ ਜਾਂਦੇ ਆਂ ਪਿੱਛੇ ਆ ਕੇ ਖੜੇ ਚਿਰਾਗਦੀਨ ਨੇ ਕਿਹਾ ਬਹੁਤ ਵਧੀਆ ਬਿਲਕੁਲ ਸਹੀ ਕਿਹਾ ਰਵੀ ਜੀ ਕਿਤਾਬਾਂ ਗ੍ਰੰਥਾਂ ਚ ਸਭ ਕੁਝ ਇੱਕੋ ਜਿਹਾ ਹੀ ਲਿਖਿਆ ਹੈ ਬਸ ਜਲਦਾਂ ਵੱਖੋ ਵੱਖ ਹਨ ਉਹਨਾਂ ਅੰਦਰ ਸ਼ਬਦਾਂ ਦੇ ਜਾਲ ਦਾ ਤਾਣਾ ਬਣਾ ਇੱਕੋ ਜਿਹਾ ਹੈ ਉਹਨਾਂ ਦੀ ਲੇਖਣੀ ਇੱਕੋ ਦਿਸ਼ਾ ਵੱਲ ਸੰਕੇਤ ਕਰਦੀ ਹੈ ਪਰ ਧਰਮਾਂ ਦੇ ਦੁਕਾਨਦਾਰ ਉਹਦਾ ਗਲਤ ਮਤਲਬ ਦੱਸ ਕੇ ਫਾਇਦਾ ਉਠਾਉਂਦੇ ਆਂ ਮੰਜ਼ਿਲ ਹਰੇਕ ਧਰਮ ਦੀ ਇੱਕੋ ਹੈ ਉਹ ਹੈ ਪਰਮ ਸ਼ਾਂਤੀ ਬਸ ਉਸ ਤੱਕ ਪਹੁੰਚਣ ਤੇ ਪਾਉਣ ਦੇ ਰਸਤੇ ਅਲੱਗ-ਅਲੱਗ ਹਨ ਦੀਪਕ ਨੇ ਕਿਹਾ ਬਾਬਾ ਜੀ ਅਸੀਂ ਤੁਹਾਡੇ ਤੋਂ ਹੁਣ ਇਜਾਜ਼ਤ ਲੈਣਾ ਚਾਹੁੰਦੇ ਹਾਂ ਕਿ ਘਰ ਪਹੁੰਚੀਏ ਨਹੀਂ ਤਾਂ ਹੋਰ ਸ਼ਾਮ ਹੋ ਜਾਣੀ ਹੈ ਫਿਰ ਆਉਂਦਿਆਂ ਬਾਬਾ ਸਿੱਧੀ ਸੁਧੀਆਂ ਰੱਖ ਸਿੱਖਣ ਚਿਰਾਗ ਦੀਨ ਨੇ ਝੱਟ ਜਵਾਬ ਦਿੱਤਾ ਉਹ ਭਗਤਾ ਕਿਤੇ ਮੇਰੇ ਵਾਲੀ ਗਲਤੀ ਤੂੰ ਵੀ ਨਾ ਕਰ ਲਈ ਮੈਂ ਵੀ ਸਿੱਧੀਆਂ ਕਰਾਮਾਤਾਂ ਦੇ ਚੱਕਰ 'ਚ ਬਾਬਾ ਜੀ ਦੀ ਸੇਵਾ ਕਰਨੀ ਸ਼ੁਰੂ ਕੀਤੀ ਸੀ ਮੈਨੂੰ ਹੀ ਪਤਾ ਹੈ ਮੇਰੇ ਨਾਲ ਕੀ ਹੋਇਆ ਮੇਰੇ ਮੁਰਸ਼ਿਦ ਨੇ ਖੁਦਾ ਦੇ ਸ਼ੁੱਧ ਸੋਨੇ ਵਰਗੇ ਸਰੂਪ ਦੇ ਦਰਸ਼ਨ ਕਰਾਉਣੇ ਨੇ ਕਿਤੇ ਖੋਟ ਨਾ ਪਾ ਲਿਓ ਨਹੀਂ ਤਾਂ ਤਮਾਮ ਉਮਰ ਭੁਗਤੋਂਗੇ ਤੇ ਭਟਕਦੇ ਰਹੋਗੇ ਉਸ ਥਾਂ ਤੇ ਸ਼ੁੱਧ ਸ਼ਾਂਤ ਤੇ ਸਰਲ ਚਿੱਤ ਹੀ ਪ੍ਰਵੇਸ਼ ਕਰ ਪਾਉਂਦਾ ਹੈ ਫਰੇਦ ਦਾ ਕੋਈ ਸਥਾਨ ਨਹੀਂ ਇਸ ਰਸਤੇ ਉੱਤੇ ਜੇ ਤੁਸੀਂ ਧਨ ਦੌਲਤ ਦੇ ਲਾਲਚ ਵਿੱਚ ਆਉਗੇ ਤਾਂ ਕੋਈ ਫਾਇਦਾ ਨਹੀਂ ਇੱਥੇ ਧਨ ਦੌਲਤ ਦੇਣ ਵਾਲਾ ਰੱਬ ਤਾਂ ਤੇਰੇ ਮੰਦਰਾਂ ਵਿੱਚ ਹੀ ਮਿਲਦਾ ਇੱਥੇ ਨਹੀਂ ਦੀਪਕ ਦਾ ਚਿਹਰਾ ਮਾਇੂਸ ਛਾ ਗਿਆ ਚਿਰਾਗਦੀਨ ਨੇ ਰਵੀ ਤੋਂ ਪੁੱਛਿਆ ਹਾਂ ਬਈ ਤੂੰ ਕੀ ਚਾਹੁੰਦਾ ਹੈ ਕਿ ਤੂੰ ਵੀ ਧਨ ਦੌਲਤ ਭਾਲਦਾ ਹੈ ਰਵੀ ਬੋਲਿਆ ਨਹੀਂ ਬਾਬਾ ਜੀ ਨਹੀਂ ਮੈਂ ਤਾਂ ਕਿਤਾਬ ਤੇ ਉਲਝਿਆ ਹੋਇਆ ਸੀ ਮੇਰੀ ਤਾਂ ਉਲਝਣ ਸੁੱਲਝ ਗਈ ਮੈਨੂੰ ਤਾਂ ਸਹੀ ਦਿਸ਼ਾ ਮਿਲ ਗਈ ਹੈ ਤੇ ਜੇ ਮੈਨ ਤੋਂ ਬਾਬਾ ਜੀ ਦੀ ਕਿਰਪਾ ਹੋਈ ਤਾਂ ਮੰਜ਼ਲ ਵੀ ਮਿਲ ਜਾਊ ਮੈਨੂੰ ਤਾਂ ਇੱਥੇ ਆ ਕੇ ਹੀ ਬਹੁਤ ਸੰਤੁਸ਼ਟੀ ਹੋਈ ਕਿ ਕਿਤਾਬ ਨੇ ਮੈਨੂੰ ਗਲਤ ਸਾਬਤ ਹੋਣ ਤੋਂ ਬਚਾ ਲਿਆ ਮੈਂ ਇਤੇ ਪ੍ਰੋਸਾ ਕਰਕੇ ਕੋਈ ਗਲਤੀ ਨਹੀਂ ਕੀਤੀ ਮੈਨੂੰ ਤਾਂ ਇਸ ਦਰਤ ਤੋਂ ਹੋਰ ਵੀ ਅੰਨਾ ਕੁਝ ਮਿਲਣ ਵਾਲਾ ਹੈ ਜ ਜਦਾ ਮੈਂ ਲੱਖਾਂ ਜਨਮਾਂ ਤੱਕ ਕਰਜ਼ਦਾਰ ਰਹਾਂਗਾ ਮੈਨੂੰ ਤਾਂ ਇੱਥੇ ਜੋ ਵੀ ਮਿਲਿਆ ਜਾਂ ਅੱਗੇ ਵੀ ਮਿਲੇਗਾ ਮੈਂ ਉਸੇ ਤੋਂ ਸੰਤੁਸ਼ਟਾਂ ਇੱਕ ਗੱਲ ਮੈਨੂੰ ਸਮਝ ਪੱਕੀ ਲੱਗ ਗਈ ਹੈ ਮੇਰੀ ਪਰਮ ਸ਼ਾਂਤੀ ਦੀ ਨਦੀ ਦਾ ਛਰਨਾ ਇਸੇ ਜਗ੍ਹਾ ਤੋਂ ਫੁੱਟਣਾ ਚਿਰਾਗਦੀਨ ਨੇ ਹੱਸਦੇ ਹੋਏ ਕਿਹਾ ਮੇਰਾ ਮੁਰਸ਼ਿਦ ਅਕਸਰ ਕਹਿੰਦਾ ਹੁੰਦਾ ਹੈ ਕਿ ਪ੍ਰਮਾਤਮਾ ਦਾ ਦਰਸ਼ਨ ਤਾਂ ਇੱਕ ਮੀਲ ਪੱਥਰ ਹੈ ਉਸ ਪਰਮ ਸ਼ਾਂਤੀ ਦੇ ਪੱਥ ਦਾ ਸਫਰ ਤੇ ਜਾਰੀ ਰਹਿਣਾ ਸਫਰ ਹੀ ਪਰਮਾਨੰਦ ਹੈ ਇਸ ਖੁਦੀ ਖੁਦ ਦੇ ਖੁਦਾ ਦਾ ਆਨੰਦ ਮਾਣਿਆ ਜਾਣਾ ਹੈ ਇੱਕ ਫੁਰਨਾ ਤੈਨੂੰ ਫੁਰ ਗਿਆ ਤੇ ماں ਕੁਦਰਤ ਤੇਰੀ ਰਾਖੀ ਕਰੇ ਉਹਨਾਂ ਅੱਗੇ ਲਈ ਤੇ ਗੱਡੀ ਚ ਬਹਿ ਕੇ ਵਾਪਸੀ ਲਈ ਤੁਰ ਪਏ ਕਾਫੀ ਧੇਰ ਗੱਡੀ ਚ ਚੁੱਪ ਛਾਈ ਰਹੀ ਅਚਾਨਕ ਇੱਕ ਖੱਡੇ ਚ ਗੱਡੀ ਲੰਘਣ ਨਾਲ ਝਟਕਾ ਜਿਹਾ ਲੱਗਾ ਦੀਪਕ ਦੇ ਮੂੰਹ ਨਿਕਲਿਆ ਓ ਤੇਰੇ ਦੀ ਸ਼ੁਕਰ ਆ ਆਪਾਂ ਖੱਡ ਚ ਡਿੱਗਣੋਂ ਬਚ ਗਏ ਜੇ ਫਿਸਲ ਜਾਂਦੇ ਤਾਂ ਡਿੱਗ ਕੇ ਕੁਝ ਨਹੀਂ ਸੀ ਬਚਣਾ ਰਵੀ ਆਪਣੇ ਖਿਆਲਾਂ ਚ ਗੁੰਮ ਪਿਆ ਸੀ ਉਹਨੂੰ ਲੱਗਾ ਜਿਵੇਂ ਦੀਪਕ ਨੇ ਆਸ਼ਰਮ ਨੂੰ ਖੱਡ ਗਿਆ ਉਹ ਬੋਲਿਆ ਪਤਾ ਨਹੀਂ ਉਹ ਖੱਡ ਸੀ ਜਾਂ ਹਸੀਨਵਾਦੀ ਪਰ ਆਪਾਂ ਫਸ ਗਏ ਆ ਭਾਵੇਂ ਅਸੀਂ ਕੁਝ ਸਵਾਲ ਹੀ ਲੈ ਕੇ ਗਏ ਸੀ ਪਰ ਮੈਨੂੰ ਲੱਗਦਾ ਆਪਾਂ ਹੋਰ ਕਈ ਕਿਸਮ ਦੇ ਸਵਾਲ ਲੱਗ ਲਿਆਏ ਆ ਮੈਨੂੰ ਵੀ ਇੱਕ ਵਾਰੀ ਤਾਂ ਇਸੇ ਤਰ੍ਹਾਂ ਲੱਗਾ ਸੀ ਕਿ ਅਸੀਂ ਫਾਸੀ ਤਾਂ ਨਹੀਂ ਗਏ ਪਰ ਬਾਅਦ ਵਿੱਚ ਮੈਂ ਮਹਿਸੂਸ ਕੀਤਾ ਕਿ ਉਸ ਦਲਦਲ ਚ ਮੈਂ ਹੋਰ ਫਸਣਾ ਚਾਹੁੰਦਾ ਹਾਂ ਉਹ ਜੰਗਲ ਪਾਰਸ ਪੱਥਰਾਂ ਦਾ ਗੜ੍ਹ ਹੈ ਉਹ ਭਾਵੇਂ ਜੋ ਵੀ ਹਨ ਮੈਂ ਤਾਂ ਉਹਨਾਂ ਨੂੰ ਛੋ ਕੇ ਉਹੀ ਹੋ ਜਾਣਾ ਚਾਹਨਾ ਵੈਸੇ ਵੇਖਿਆ ਜਾਏ ਤਾਂ ਸੱਚੀ ਕਹਿੰਦੇ ਸੀ ਕਿ ਅਸੀਂ ਸਭ ਚਾਲੂ ਜਿਹਾ ਹੀ ਰੱਬ ਲੱਭ ਰਹੇ ਹਾਂ ਜੋ ਸਾਡੇ ਇਸ਼ਾਰਿਆਂ ਤੇ ਕੰਮ ਕਰੇ ਜਿਵੇਂ ਕਿਸੇ ਨੂੰ ਪੈਸੇ ਦੇ ਗਏ ਤੇ ਉਹ ਰੱਬ ਦੀ ਹੀ ਗਤੀ ਬਦਲ ਦੇਵੇ ਉਹਦੇ ਸਿਤਾਰਿਆਂ ਦੀ ਚਾਲ ਘੁਮਾ ਦੇਵੇ ਤੇ ਰੱਬ ਬੈਠਾ ਵੇਖਦਾ ਹੀ ਰਹਿ ਜਾਏ ਸਾਨੂੰ ਤਾਂ ਰੱਬ ਵੀ ਗੁਲਾਮ ਹੀ ਚਾਹੀਦਾ ਜਿਉ ਕਹੇ ਸੌਂ ਜਾ ਤਾਂ ਰੱਬ ਸੌਂ ਜਾਏ ਜਿਉ ਕਹੇ ਉੱਠ ਜਾ ਤਾਂ ਰੱਬ ਉੱਠ ਜਾਏ ਜੋ ਵੀ ਗੱਲ ਉਹ ਕਹੇ ਉਹੀ ਮੰਨੇ ਤੇ ਮੰਨੇ ਵੀ ਅਮੀਰਾਂ ਦੀ ਗਰੀਬਾਂ ਵੱਲ ਤਾਂ ਮੂੰਹ ਵੀ ਨਹੀਂ ਕਰਦਾ ਇਹ ਕਿਹੋ ਜਿਹਾ ਲਾਲਚੀ ਤੇ ਗੁਲਾਮ ਰੱਬ ਹੈ ਜਿਹੜਾ ਆਪ ਗੁਲਾਮ ਹੈ ਸਾਨੂੰ ਕਿੱਥੋਂ ਆਜ਼ਾਦੀ ਨਾਲ ਰਹਿਣ ਦੇ ਸਕਦਾ ਕੁਝ ਧੀਰ ਹੋਰ ਗੱਲਾਂ ਹੁੰਦੀਆਂ ਨਹੀਂਆਂ ਕੁਝ ਕਾਰੋਬਾਰ ਦੀਆਂ ਕੁਝ ਆਸ਼ਰਮ ਦੀਆਂ ਰਵੀ ਨੇ ਕਿਹਾ ਵੀਰ ਜੇ ਤੂੰ ਵਾਪਸ ਨਾਲ ਆਉਣਾ ਤਾਂ ਠੀਕ ਨਹੀਂ ਤਾਂ ਮੈਂ ਕੱਲਾ ਜ਼ਰੂਰ ਆਉਂਗਾ ਦੀਪਕ ਨੂੰ اندرੋਂ ਪਤਾ ਸੀ ਜੇ ਰਵੀ ਸੱਚੀ ਲਗਨ ਨਾਲ ਲੱਗਾ ਰਿਹਾ ਕੁਛ ਨਾ ਕੁਛ ਤਾਂ ਹਾਸਲ ਕਰ ਲਊਗਾ ਇਸ ਲਈ ਉਹ ਇਹ ਮੌਕਾ ਵੀ ਜਾਣ ਨਹੀਂ ਸੀ ਦੇਣਾ ਚਾਹੁੰਦਾ ਉਹਨੇ ਝੂਠਾ ਜਿਹਾ ਮੂੰਹ ਕਰਕੇ ਕਿਹਾ ਤੂੰ ਮੇਰਾ ਪੱਕਾ ਯਾਰ ਹੈਂ ਮੈਂ ਤੇਰਾ ਸਾਥ ਕਿਦਾਂ ਛੱਡ ਸਕਦਾ ਵਾਂ ਨਾਲੇ ਬਾਬਾ ਜੀ ਨੇ ਤਾਂ ਕਿਹਾ ਸੀ ਕਿ ਮਿਲ ਕੇ ਕਾਰੋਬਾਰ ਕਰਿਓ ਆਪਾਂ ਤਾਂ ਹੁਣ ਹਿੱਸੇਦਾਰ ਹੋ ਗਏ ਆ ਪੈਸਾ ਮੈਂ ਲਾਉਂ ਤੂੰ ਸਿਰਫ ਮਿਹਨਤ ਕਰੀਂ ਧਿਆਨ ਚ ਤੇ ਸੇਵਾ ਕਰੀਂ ਬਾਬਿਆਂ ਦੀ ਦੀਪਕ ਮਨ ਚ ਸੋਚ ਰਿਹਾ ਸੀ ਵੀ ਉਹ ਤਾਂ ਜਮੰਦਰੂ ਦੁਕਾਨਦਾਰ ਹੈ ਮੁਨਾਫੇ ਵਾਲਾ ਸੌਦਾ ਤਾਂ ਝੱਟ ਪਛਾਣ ਲਈਦਾ ਘਾਟੇ ਵਾਲਾ ਪੰਗਾ ਕਦੇ ਲਿਆ ਹੀ ਨਹੀਂ ਤੇ ਜੇ ਇਹਨੂੰ ਕੋਈ ਸਿੱਧੀ ਮੰਤਰ ਮਿਲ ਗਿਆ ਤਾਂ ਠੀਕ ਨਹੀਂ ਫੇਰਾ ਪਾਵੇ ਗੋਡ ਫਾਰ ਸੇਲ ਦਾ ਬੋਰਡ ਲਾ ਕੇ ਨਵੀਂ ਰੱਬ ਦੀ ਦੁਕਾਨ ਚਾਲੂ ਕਰ ਦੇਣੀ ਹੈ ਨਾਲੇ ਬਾਬਿਆਂ ਨੇ ਵੀ ਤਾਂ ਕਿਹਾ ਸੀ ਕਿ ਮੂਰਤੀਆਂ ਤੇ ਤਸਵੀਰਾਂ ਵਾਲਾ ਰੱਬ ਵੇਚਿਆ ਜਾ ਸਕਦਾ ਉਹ ਵਿਕਾਉਈ ਹੁੰਦਾ ਹੈ ਦੀਪਕ ਨੂੰ ਪਤਾ ਸੀ ਰਵੀ ਨੂੰ ਲਾਲਚ ਤੇ ਵੇਚਣ ਵਾਲੀ ਗੱਲ ਤੋਂ ਵੀ ਖੇਜ ਆਉਂਦੀ ਹੈ ਉਹਨੇ ਮੂੰਹ ਬੰਦ ਹੀ ਰੱਖਿਆ ਤੇ ਕੁਝ ਦਿਨ ਚੁੱਪ ਹੀ ਰਿਹਾ ਇੱਕ ਢਾਬਾ ਵੇਖ ਕੇ ਗੱਡੀ ਰੋਕੀ ਦੀਪਕ ਨੇ ਕਿਹਾ ਯਾਰ ਜ਼ਰਾ ਰੁੱਕ ਕੇ ਰੋਟੀ ਖਾ ਲਈਏ ਉਹ ਢਾਬੇ ਦੇ ਬਾਹਰ ਹੀ ਖੁੱਲੇ ਪਾਰਕ ਵਿੱਚ ਇੱਕ ਦਰਖਤ ਹੇਠਾਂ ਲੱਗੇ ਮੀਸ ਤੇ ਬੈਠ ਕੇ ਕਿਸੇ ਦੇ ਆਉਣ ਦਾ ਇੰਤਜ਼ਾਰ ਕਰਨ ਲੱਗੇ ਦੀਪਕ ਹੋ ਲਿਆ ਯਾਰ ਮੇਰੀ ਗੱਲਾਂ ਦਾ ਗੁੱਸਾ ਨਾ ਕਰਿਆ ਕਰ ਮੈਂ ਬਚਪਨ ਤੋਂ ਹੀ ਦੁਕਾਨ ਤੇ ਬੈਠਾ ਮੇਰਾ ਮਨ ਮਰ ਚੁੱਕਾ ਹੈ ਮੇਰਾ ਸਰੀਰ ਮੇਰੀ ਦੁਕਾਨ ਤੇ ਆਤਮਾ ਮੇਰੇ ਗੱਲੇ 'ਚ ਰਹਿੰਦੀ ਹੈ ਉਹਨਾਂ ਤਾਂ ਬਾਹਰ ਆ ਸਕਦੀ ਹੈ ਤੇ ਨਾ ਹੀ ਉਹਨਾਂ ਧਨ ਮਾਲ ਤੋਂ ਬਿਨਾਂ ਸ਼ਾਂਤੀ ਮਿਲ ਸਕਦੀ ਹੈ ਮੇਰਾ ਰੱਬ ਤਜੋਰੀ ਚ ਵਸਦਾ ਹੈ ਤੇ ਪਰਮਾਤਮਾ ਬੈਂਕਾਂ ਵਿੱਚ ਮੇਰੀ ਆਤਮਾ ਵੀ ਉਡਦੀ ਹੈ ਤੇ ਉਹਦੇ ਪੰਖ ਵੀ ਨੋਟਾਂ ਦੇ ਬਣੇ ਹੁੰਦੇ ਆ ਮੈਂ ਮਾਇਆ ਚ ਜੰਮਿਆ ਇਸ ਤੇ ਮੋਹ ਜਾਲ ਚੋਂ ਨਹੀਂ ਨਿਕਲ ਸਕਦਾ ਮੈਂ ਜੋ ਤਾਣਾ ਬਾਣਾ ਆਪਣੇ ਆਲੇ ਦੁਆਲੇ ਬੁਣ ਲਿਆ ਉਸ ਮੱਕੜ ਜਾਲ ਚੋਂ ਬਾਹਰ ਨਹੀਂ ਨਿਕਲ ਸਕਦਾ ਇਹਦੇ ਪੰਨਿਆਂ ਨੇ ਮੇਰੇ ਵੀ ਮਨ ਤੇ ਜ਼ਰੂਰ ਅਸਰ ਪਾਇਆ ਸੀ ਮੈਨੂੰ ਸ਼ਾਂਤੀ ਵੀ ਮਿਲ ਰਹੀ ਸੀ ਪਰ ਮੈਂ ਸਿਰਫ ਇੱਕ ਸ਼ਾਂਤੀ ਕਰਕੇ ਆਪਣਾ ਅਡੰਬਰ ਨਹੀਂ ਟਾ ਸਕਦਾ ਜਿਵੇਂ ਦੀਪਕ ਨੇ ਇੱਕ ਬੰਦੇ ਨੂੰ ਰੋਟੀ ਦਾਲ ਦਾ ਕਹਿ ਕੇ ਮੂੰਹ ਘੁਮਾਇਆ ਤਾਂ ਉਹਨੂੰ ਦੂਰੋਂ ਲੱਗਾ ਜਿਵੇਂ ਮੋਢੇ ਤੇ ਕੰਬਲੀ ਲਈ ਮੈਤੋਂ ਬਾਬਾ ਤੁਰਿਆ ਆ ਰਿਹਾ ਹੋਵੇ ਉਹਨੇ ਕਿਹਾ ਉਹ ਵੀ ਇੱਕ ਬਾਬਾ ਜੀ ਆ ਰਹੇ ਨੇ ਰਵੀ ਵੀ ਉਧਰ ਨੂੰ ਮੁੜਿਆ ਕਹਿੰਦਾ ਨਹੀਂ ਓਏ ਇਹ ਤਾਂ ਕੋਈ ਹੋਰ ਹੀ ਆ ਇਹ ਤਾਂ ਕੋਈ ਮੰਗਤਾ ਜਿਹਾ ਲੱਗਦਾ ਮੈਤੋਂ ਬਾਬਾ ਜੀ ਦੇ ਤਨ ਤੇ ਭਾਵੇਂ ਇੱਕ ਕਪੜਾ ਵੀ ਨਾ ਹੋਵੇ ਪਰ ਜਦੋਂ ਉਹ ਤੁਰਦੇ ਆ ਤਾਂ ਆਪਣੀ ਮਲਕੀਅਤ ਦੇ ਬਾਦਸ਼ਾਹ ਲੱਗਦੇ ਉਹਨਾਂ ਦੀ ਚਾਲਚਤਾਈ ਕਲੌਕਿਕ ਜੀ ਮਸਤੀ ਹੁੰਦੀ ਹੈ ਕੁਛ ਹੀ ਦੇਰ ਚੋਂ ਮਲੰਗ ਜਿਆ ਕੰਬਲੇ ਵਾਲੇ ਬੰਦੇ ਨੂੰ ਕੂਲ ਆ ਕੇ ਖੜਾ ਵੇਖ ਕੇ ਡਰ ਗਿਆ ਉਹਨਾਂ ਨੂੰ ਲੱਗਾ ਸ਼ਾਇਦ ਉਹ ਮੰਗਤਾ ਭੁੱਖ ਕਾਰਨ ਉਹਨਾਂ ਦੇ ਕੋਲ ਆ ਖਲੋਤਾ ਰਵੀ ਨੇ ਪੁੱਛਿਆ ਬਾਬਾ ਜੀ ਜੋ ਰੋਟੀ ਖਾਣੀ ਆ ਤਾਂ ਉਹ ਨਲਕੇ ਤੇ ਮੂੰਹ ਹੱਥ ਧੋ ਕੇ ਸਾਡੇ ਕੋਲ ਆ ਕੇ ਲੈ ਲਓ ਉਸ ਬਾਬੇ ਨੇ ਜਵਾਬ ਦਿੱਤਾ ਕੋਈ ਨਾ ਪੁੱਤ ਭੁੱਖਾ ਨਹੀਂ ਆ ਮੈਂ ਤੁਸੀਂ ਪਿਆਰ ਨਾਲ ਪੁੱਛ ਲਿਆ ਅੱਧੀ ਭੁੱਖ ਤਾਂ ਇਹਦੇ ਨਾਲ ਹੀ ਮੁੱਕ ਗਈ ਆ ਮੇਰੀ ਸਾਹਮਣੇ ਬੈਠੇ ਦੀਪਕ ਨੇ ਕਿਹਾ ਬਾਬਾ ਜੀ ਸਾਨੂੰ ਲੱਗਾ ਤੁਹਾਨੂੰ ਵੀ ਸਾਡੇ ਵਾਂਗ ਹੀ ਭੁੱਖ ਲੱਗੀ ਹੋਣੀ ਹੈ। ਬਾਬਾ ਹਲਕਾ ਜਿਹਾ ਮੁਸਕਰਾਇਆ ਤੇ ਕਹਿੰਦਾ ਮੈਨੂੰ ਹੁਣ ਤੁਹਾਡੇ ਵਾਂਗ ਭੁੱਖ ਨਹੀਂ ਲੱਗਦੀ। ਵੈਸੇ ਵੀ ਮੇਰੀ ਭੁੱਖ ਤੇ ਤੇਰੀ ਭੁੱਖ 'ਚ ਫਰਕ ਹੈ। ਦੀਪਕ ਜ਼ਰਾ ਕੁ ਔਖਾ ਜਿਹਾ ਹੋ ਕੇ ਬੋਲਿਆ ਕਿ ਮਤਲਬ ਬਾਬਾ ਤੇਰੀ ਤੇ ਮੇਰੀ ਭੁੱਖ 'ਚ ਕੀ ਫਰਕ ਆ ਦੱਸ ਤਾਂ ਸਹੀ। ਬਾਬੇ ਨੇ ਜਵਾਬ ਦਿੱਤਾ ਉਹ ਬੱਚਿਆ ਜਿਹੜੀ ਰੋਟੀ ਨੂੰ ਵੇਖ ਕੇ ਲੱਗੇ ਉਹ ਹੁੰਦੀ ਹੈ ਪੇਟ ਦੀ ਭੁੱਖ। ਤੇ ਜਿਹੜੀ ਕਿਸੇ ਦੀ ਕੀਮਤੀ ਸ਼ੈ ਵੇਖ ਕੇ ਲੱਗੇ ਉਹ ਹੁੰਦੀ ਹੈ ਲਾਲਚ ਦੀ ਭੁੱਖ। ਤੇ ਜਿਹੜੀ ਮਹਿਬੂਬ ਨੂੰ ਮਹਿਬੂਬ ਨੂੰ ਵੇਖ ਕੇ ਲੱਗੇ ਉਹ ਇਸ਼ਕ ਦੀ ਭੁੱਖ ਜਿਹੜੀ ਗੁਰੂ ਦੀ ਤੰਗ 'ਚ ਲੱਗੇ ਹੁੰਦੀ ਆਤਮੇ ਦੀ ਭੁੱਖ ਤੇ ਜਿਹੜੀ ਕਦੇ ਮਿਟਦੀ ਨਹੀਂ ਉਹ ਹੁੰਦੀ ਏ ਹਉਮੇ ਦੀ ਭੁੱਖ ਜਿਹੜੀ ਗਿਆਨ ਨਾਲ ਮਿਟ ਜਾਏ ਉਹ ਹੁੰਦੀ ਏ ਚੇਤਨਾ ਦੀ ਭੁੱਖ ਸਭ ਤੋਂ ਉੱਪਰ ਹੁੰਦੀ ਏ ਰੱਬ ਨੂੰ ਪਾਉਣ ਦੀ ਭੁੱਖ ਜਿਹੜੀ ਉਦੋਂ ਮੁੱਕਦੀ ਏ ਜਦੋਂ ਹਉਮੇ ਮੁੱਕਦੀ ਏ ਮੈਂ ਵੀ ਜਨਮਾਂ ਜਨਮਾਂ ਦਾ ਭੁੱਖਾ ਸੀ ਪਰ ਹੁਣ ਮੇਰੇ ਅੰਦਰੋਂ ਹਰ ਤਰ੍ਹਾਂ ਦੀ ਭੁੱਖ ਮਿਟ ਗਈ ਏ ਤੈਨੂੰ ਵੇਖਣ ਤੋਂ ਲੱਗਦਾ ਹੈ ਤੇਰੇ ਅੰਦਰ ਤਾਂ ਹਾਲੇ ਜਿਸਮ ਤੇ ਧਨ ਦੀ ਭੁੱਖ ਹੀ ਚਮਕ ਰਹੀ ਹੈ ਜਦੋਂ ਕਦੀ ਸੱਚੇ ਰਹਿਬਰ ਨੂੰ ਮਿਲੋਗੇ ਤਾਂ ਸਭੇ ਭੁੱਖਾਂ ਹੌਲੀ-ਹੌਲੀ ਆਪੇ ਮਿਟਣ ਲੱਗ ਜਾਣਗੀਆਂ ਰਵੀ ਨੇ ਉਤਸੁਕਤਾ ਨਾਲ ਪੁੱਛਿਆ ਤੁਹਾਡੀਆਂ ਭੁੱਖਾਂ ਕਿੱਥੋਂ ਮਿਟੀਆਂ ਨੇ ਬਾਬਾ ਜੀ ਉਹ ਕੁਰਸੀ ਤੋਂ ਉੱਠ ਕੇ ਹੀਠਾਂ ਬਾਬੇ ਦੇ ਕੋਲ ਜਾ ਕੇ ਬਹਿ ਗਿਆ ਬਾਬੇ ਨੇ ਕਿਹਾ ਜੇ ਤੁਸੀਂ ਵੀ ਭੁੱਖ ਮਟਾਣੀ ਹੈ ਤਾਂ ਮੇਰੇ ਮਾਲਕ ਦੇ ਵੇੜੇ ਆ ਜਾਓ ਉਹ ਸਭਨਾਂ ਦੀਆਂ ਭੁੱਖਾਂ ਮਿਟਾਉਣ ਵਾਲਾ ਮੇਰੀ ਮਾਲਕ ਦੇ ਦਰ ਤੋਂ ਅੱਜ ਤੱਕ ਕੋਈ ਵੀ ਭੁੱਖਾ ਭੁੱਖਾ ਨਹੀਂ ਮੁੜਿਆ ਉਹ ਹਰ ਕਿਸੇ ਨੂੰ ਰਜਾ ਕੇ ਭੇਜਦਾ ਹੈ ਦੀਪਕ ਨੂੰ ਇੱਕਦਮ ਧਿਆਨ ਆਇਆ ਉਹ ਕਹਿੰਦਾ ਉਹ ਰਵੀ ਆਪਣੇ ਕਮਰੇ ਦੇ ਬਾਹਰ ਵਾਲੀ ਦੀਵਾਰ ਤੇ ਵੀ ਭੁੱਖ ਮਟਾਉਣ ਬਾਰੇ ਕੁਝ ਲਿਖਿਆ ਹੋਇਆ ਸੀ ਸ਼ਾਇਦ ਇਸੇ ਤਰ੍ਹਾਂ ਦੀਆਂ ਭੁੱਖਾਂ ਬਾਰੇ ਜ਼ਿਕਰ ਸੀ ਮੈਨੂੰ ਤਾਂ ਲੱਗਦਾ ਹੈ ਕਿ ਮੈਤੋ ਬਾਬਾ ਨੇ ਸਾਡੇ ਲਈ ਕੋਈ ਪੈਗਾਮ ਭੇਜਿਆ ਇਸ ਪੈਗੰਬਰ ਹੱਥੀ ਉਹਨੇ ਪਹਿਲਾਂ ਤਾਂ ਬਾਬੇ ਤੋਂ ਮਾਫੀ ਮੰਗੀ ਤੇ ਫਿਰ ਕਹੇ ਬਾਬਾ ਜੀ ਤੁਸੀਂ ਪੁੰਝੇ ਨਾ ਬੈਠੋ ਆਹ ਕੁਰਸੀ ਲੈ ਲਓ ਤੇ ਸਾਡੇ ਨਾਲ ਹੀ ਖਾਣਾ ਖਾਓ ਉਹ ਥੋੜਾ ਜਿਹਾ ਬਾਬੇ ਤੋਂ ਡਰ ਗਿਆ ਬਾਬੇ ਨੇ ਕਿਹਾ ਮੈਨੂੰ ਨਾ ਤਾਂ ਕੁਰਸੀ ਦੀ ਭੁੱਖ ਹੈ ਤੇ ਨਾ ਹੀ ਰੋਟੀ ਦੀ ਅੱਜ ਤਾਂ ਪਿਆਰ ਦੇ ਦੀਦਾਰ ਦੀ ਭੁੱਖ ਲੱਗੀ ਸੀ ਸੋਏ ਸਾਲਣੇ ਚ ਆ ਗਿਆ ਦੀਪਕ ਨੇ ਮਜ਼ਾਕ ਚ ਕਿਹਾ ਬਾਬਾ ਜੀ ਤੁਸੀਂ ਕਿਹੜੇ ਭੰਡਾਰੇ ਚ ਆਏ ਹੋ ਜਿਹੜਾ ਇੰਨਾ ਰੱਜੀ ਹੋਇਓ ਸਾਨੂੰ ਤਾਂ ਬੜੀ ਭੁੱਖ ਲੱਗੀ ਐ ਅਸੀਂ ਤਾਂ ਸਵੇਰ ਦਾ ਨਾਸ਼ਤਾ ਹੀ ਕੀਤਾ ਤੇ ਉਸ ਦਰਸ਼ਨ ਦੇ ਡੇਰੇ ਤੋਂ ਰਾਤੀ ਡਰਦਿਆਂ ਨਹੀਂ ਖਾਧੀ ਸਵੇਰੇ ਦੀ ਕਾਲੀ ਬੜੀ ਪਈ ਰਹੀ ਸਾਨੂੰ ਤਾਂ ਬਹੁਤ ਭੁੱਖ ਲੱਗੀ ਐ ਸਾਨੂੰ ਤਾਂ ਉੱਥੇ ਵੀ ਇੱਕ ਬਾਬਾ ਮਿਲਿਆ ਸੀ ਜਿਹੜਾ ਕੱਪੜਿਆਂ ਤੋਂ ਰੱਜਿਆ ਤੇ ਆ ਸੀ ਰਵੀ ਨੂੰ ਮੈਤੋ ਸਾਈਂ ਜੀ ਦਾ ਮਜ਼ਾਕ ਉਡਾਣ ਦਾ ਦੀਪਕ ਦਾ ਤਰੀਕਾ ਚੰਗਾ ਨਾ ਲੱਗਿਆ ਡੇਰੇ ਦਾ ਨਾਮ ਸੁਣਦੇ ਮਲੰਗ ਬਾਬਾ ਆਪਣਾ ਡੰਡਾ ਫੜ ਕੇ ਉੱਠਿਆ ਤੇ ਖੜਾ ਹੋ ਗਿਆ ਆਖਣ ਲੱਗਾ ਉਹ ਤੁਸੀਂ ਮੈਤੋ ਦੇ ਡੇਰੇ ਤੋਂ ਆਏ ਹੋ ਕਿ ਤੁਸੀਂ ਸਾਈਂ ਜੀ ਨੂੰ ਵੀ ਮਿਲਿਓ ਦੀਪਕ ਨੇ ਕਿਹਾ ਹਾਂ ਹਾਂ ਅਸੀਂ ਰਾਤੀ ਵੀ ਉਹਨੂੰ ਮਿਲੇ ਸੀ ਤੇ ਸਵੇਰ ਤੋਂ ਹੀ ਉਸ ਨਾਲ ਗੱਲਾਂ ਕਰਦੇ ਆਏ ਆ ਇਸ ਰਵੀ ਨੂੰ ਤਾਂ ਉਹਨਾਂ ਮੁੱਖ ਮਹਿਮਾਨ ਵਾਂਗ ਰੱਖਿਆ ਹੋਇਆ ਸੀ ਬਾਬਾ ਜੀ ਨੇ ਆਪ ਕਿਹਾ ਕਿ ਇਸ ਬੰਦੇ ਤੇ ਮੇਰੀ ਖਾਸ ਕਿਰਪਾ ਹੋਣ ਵਾਲੀ ਹੈ ਸਾਨੂੰ ਤਾਂ ਖੀਰ ਦਾ ਲੰਗਰ ਵੀ ਕਰਾਇਆ ਉਸ ਬਾਬੇ ਨੇ ਡੰਡਾ ਹੱਥੋਂ ਛੱਡ ਦਿੱਤਾ ਤੇ ਰਵੀ ਦਾ ਹੱਥ ਫੜ ਲਿਆ ਤੇ ਆਖਣ ਲੱਗਾ ਤੂੰ ਕਿੰਨਾ ਕਿਸਮਤ ਵਾਲਾ ਹੈ ਤੇਰੇ ਤੇ ਮੇਰੇ ਮਾਲਕ ਦੀ ਖਾਸ ਕਿਰਪਾ ਹੋਏਗੀ ਧੰ ਭਾਗ ਨੇ ਤੇਰੀ ماں ਕੁਦਰਤ ਤੇਰੀਆਂ ਸਭੇ ਭੁੱਖਾ ਮਿਟਾ ਦੇਵੇ ਕੁਝ ਦੇਰ ਰਵੀ ਦਾ ਹੱਥ ਫਲੋਸਦਾ ਰਿਹਾ ਉਹਦੀਆਂ ਅੱਖਾਂ 'ਚ ਹੰਝੂ ਵਗਦੇ ਰਹੇ ਫਿਰ ਉਹਨੇ ਆਪਣਾ ਡੰਡਾ ਚੁੱਕਿਆ ਤੇ ਇੱਕ ਹੋਰ ਦੂਰ ਜੇ ਰੁੱਖੇ ਠਾਂ ਇੱਕ ਬੋਰੀ ਵਿਛਾ ਕੇ ਅੱਖਾਂ ਮੀਟ ਕੇ ਬਹਿ ਗਿਆ ਰੋਟੀ ਆਈ ਤਾਂ ਰਵੀ ਥੋੜੀ ਜੀ ਸਬਜ਼ੀ ਤੇ ਰੋਟੀ ਇੱਕ ਪਲੇਟ 'ਚ ਪਾਈ ਤੇ ਉਹਨੂੰ ਬਾਬੇ ਨੂੰ ਦੇਣ ਚਲਾ ਗਿਆ ਰੋਟੇ ਦੀ ਰੋਟੀ ਦੀ ਥਾਲੀ ਉਹਦੇ ਅੱਗੇ ਰੱਖ ਕੇ ਬਾਬੇ ਨੂੰ ਖਾਣ ਬਾਰੇ ਕਹਿ ਕੇ ਮੁੜਨ ਲੱਗਿਆ ਤਾਂ ਬਾਬੇ ਨੇ ਕਿਹਾ ਪੁੱਤ ਭੁੱਖ ਰੋਟੀ ਕਿਸੇ ਨੂੰ ਦੇਣ ਨਾਲ ਨਹੀਂ ਕਿਸੇ ਨਾਲ ਬਹਿ ਕੇ ਖਾਣ ਨਾਲ ਮਿੱਟਦੀ ਹੈ ਇਹ ਹੁੰਦੀ ਹੈ ਸਤਕਾਰ ਦੀ ਭੁੱਖ ਰੋਟੀ ਤਾਂ ਕੋਈ ਵੀ ਦੇ ਸਕਦਾ ਪਰ ਭੁੱਖ ਕੋਈ ਕੋਈ ਹੀ ਮਿਟਾ ਸਕਦਾ ਨਾਲੇ ਹੁਣ ਤਾਂ ਮੈਂ ਆਪਣੇ ਆਪ ਹੀ ਖਾਣਾ ਆਪਣਾ ਹੀ ਖੂਨ ਪਸੀਨਾ ਪੀਣਾ ਵਾ ਇਸ ਰੋਟੀ ਨਾਲ ਮੇਰੀ ਭੁੱਖ ਨਹੀਂ ਮਿਟਦੀ ਰਵੀ ਬਾਬੇ ਦੀ ਗੱਲ ਸੁਣ ਕੇ ਹੈਰਾਨ ਜਿਹਾ ਰਹਿ ਗਿਆ ਦੀਪਕ ਨੇ ਦੂਰੋਂ ਹੀ ਆਵਾਜ਼ ਦਿੱਤੀ ਸਾਡੀ ਭੁੱਖ ਤਾਂ ਦਾਲ ਫੁਲਕੇ ਨਾਲ ਹੀ ਮਿਟ ਜਾਂਦੀ ਹੈ ਬਾਬੇ ਨੇ ਇਸ਼ਾਰੇ ਨਾਲ ਉਹਨੂੰ ਕੋਲ ਬੁਲਾਇਆ ਤੇ ਕਿਹਾ ਪੁੱਤ ਪਿੰਦਾ ਤੂੰ ਵੀ ਕਿਸੇ ਦਾ ਖੂਨ ਤੇ ਖਾਂਦਾ ਮਾਸੀ ਪਰ ਤੈਨੂੰ ਹਲੇ ਹੋਸ਼ ਹੈ ਨਹੀਂ ਕਿ ਕਿਹਦਾ ਖਾਂਦਾ ਧੰਨਵਾਦ ਚਲਦਾ